समराला दे कोल रोपड़ रोड नहर ते सवेरे 7 बजे दर्दनाक हादसा वापरिया। दस दिनिया कि बाबा वडभाग सिंह जी तो मत्था टेक के आ रही नवी बलैरो पीक जी वह नहर विच जा डिगी, जिस कारण 2 बच्चे समेत 4 की मौत हो गई है। सर किवें होया जी हादसा है? सर मत्था टेक के आ रहे थे 5:30 बजे सानू, मैं फोन करिया महा बीबी भी ठीक ठाक हो, मैनू कहिंदे भी जी बाबा श्री चंद दे आ गए। मैं चल कोई ना बीबी ਮੈਂ ਨਿਜ਼ਾਮਪੁਰ ਪਿੰਡ ਤੋਂ ਆਏ। ਗੱਡੀ ਆਰਾਮ ਨਾਲ ਸਾਡੀ ਆ ਰਹੀ ਸੀ, ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ ਕੌਣ ਵਜਾਉਂਦੇ ਵਜਾਉਂਦੇ ਨੇ ਗੱਡੀ ਇੱਕ ਟਾਇਰ ਲੱਗ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਸਵਾਰੀਆਂ ਹੈਗੀਆਂ 14-15 ਕਰੀਬ ਨੇ, ਜਿਹਦੇ ਸਾਡੇ 2-3 ਬੱਚੇ ਨਹੀਂ ਮਿਲ ਰਹੇ। ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ? ਸ਼ਾਇਦ। ਕਿੰਨੇ ਬੱਚੇ ਸੀ? 4 ਬੱਚੇ ਸੀਗੇ, ਉਹ 2 ਤਾਂ ਮਿਲ ਗਏ, 2 ਨਹੀਂ ਮਿਲ ਰਹੇ। ਅੱਛਾ ਜੀ, ਅਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ? ਅੱਛਾ ਜੀ, ਡੇਰਾ ਸਾਹਿਬ ਤੋਂ ਆਏ ਜੀ ਬਾਬਾ ਪ੍ਰਭਾਵ ਜੀ। ਕਿਸ ਤਰ੍ਹਾਂ ਹੋਇਆ ਹਾਦਸਾ, ਕੁਛ ਪਤਾ ਲੱਗਿਆ? ਕੁਛ ਨਹੀਂ ਪਤਾ ਲੱਗਿਆ ਜੀ, ਹੁਣ ਜੀ ਕੰਮ ਤੋਂ ਬਾਹਰ ਆ। ਸਰ ਕਿਵੇਂ ਹੋਇਆ ਜੀ ਹਾਦਸਾ ਹੈ? ਸਰ ਮੱਥਾ ਟੇਕ ਕੇ ਆ ਰਹੇ ਸੀਗੇ 5:30 ਵਜੇ ਸਾਨੂੰ, ਮੈਂ ਫੋਨ ਕਰਿਆ ਮਹਾਂ ਬੀਬੀ ਵੀ ਠੀਕ ਠਾਕ ਹੋ, ਮੈਨੂੰ ਕਹਿੰਦੇ ਵੀ ਜੀ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭਾ ਵੀ ਸੁੱਖ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ, ਉਦੋਂ ਬਾਅਦ ਆਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਵਾਪਰ ਗਏ। ਕਿੰਨੀਆਂ ਸਵਾਰੀਆਂ ਕਿੰਨੇ ਸੀਗੀਆਂ ਜੀ? ਮੈਂ 14-15 ਸਵਾਰੀਆਂ ਦੀਆਂ ਘਰ ਦੇ। ਸਰ ਕਿੰਨੇ ਦੀ ਡੈਥ ਹੋ ਗਈ ਜੀ? ਪਤਾ ਮੈਨੂੰ ਸਰ ਜਾ ਕੇ ਚੈੱਕ, 2 ਭਾਈ ਆਏ ਹੁਣ। ਕਿਹੜੇ ਪਿੰਡ ਤੋਂ ਆਏ ਗੱਡੀ? ਨਿਜ਼ਾਮਪੁਰ ਪਿੰਡ ਤੋਂ ਆਏ। ਸਰ ਕਿਵੇਂ ਹੋਇਆ ਜੀ ਹਾਦਸਾ ਹੈ? ਸਰ ਮੱਥਾ ਟੇਕ ਕੇ ਆ ਰਹੇ ਸੀਗੇ 5:30 ਵਜੇ ਸਾਨੂੰ, ਮੈਂ ਫੋਨ ਕਰਿਆ ਮਹਾਂ ਬੀਬੀ ਵੀ ਠੀਕ ਠਾਕ ਹੋ, ਮੈਨੂੰ ਕਹਿੰਦੇ ਵੀ ਜੀ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭਾ ਵੀ ਸੁੱਖ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ, ਉਦੋਂ ਬਾਅਦ ਆਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਵਾਪਰ ਗਏ। ਕਿੰਨੀਆਂ ਸਵਾਰੀਆਂ ਕਿੰਨੇ ਸੀਗੀਆਂ ਜੀ? ਮੈਂ 14-15 ਸਵਾਰੀਆਂ ਦੀਆਂ ਘਰ ਦੇ। ਸਰ ਕਿੰਨੇ ਦੀ ਡੈਥ ਹੋ ਗਈ ਜੀ? ਪਤਾ ਮੈਨੂੰ ਸਰ ਜਾ ਕੇ ਚੈੱਕ, 2 ਭਾਈ ਆਏ ਹੁਣ। ਕਿਹੜੇ ਪਿੰਡ ਤੋਂ ਆਏ ਗੱਡੀ? ਨਿਜ਼ਾਮਪੁਰ ਪਿੰਡ ਤੋਂ ਆਏ।